ਆਮ ਨੂੰ ਝਗੜਾ ਕਿੱਥੇ ਹੋਇਆ ਕਿੱਥੇ ਬੰਦਾ ਕਿੱਥੇ ਲੜਿਆ ਕਿੱਥੇ ਕੁਲੇ ਆ ਨਾ ਸਾਨੂੰ ਪਤਾ ਨਹੀਂ ਆਦਾ ਆਪਾਂ ਦਾ ਆਪਣੇ ਰੂਮ ਦੇ ਵਿੱਚ ਹਾਂ ਸਾਨੂੰ ਤਾਂ ਨਜਾਇਜ਼ ਹੀ ਪੁਲਿਸ ਨੇ ਖੜਿਆ ਫੜ ਕੇ ਤੇ ਡੈਡੀ ਮੇਰਾ ਹੀ ਹੋ ਵੀ ਚੰਗੇ ਭਲੇ ਹੀ ਗਏ ਜਦੋਂ 12 ਲੱਖ ਦਾ ਫੋਨ ਆਇਆ ਤਾਂ ਵੀ ਡੈਡੀ ਵੀ ਮੇਰਾ ਪੂਰਾ ਹੋ ਗਿਆ ਵੀ ਘਰ ਦੇ ਹਾਲਾਤ ਭਾਜੀ ਬਹੁਤ ਮਾੜੇ ਆ ਲੋਕ ਜਿਹੜੇ ਚੁੱਗੀ ਚ ਰਹਿੰਦੇ ਆ ਸ਼ਾਨ ਪਾ ਕੇ ਹਾਂ ਇੱਕ ਸਾਲ ਰਹਿਨੋ ਕੰਮ ਨਹੀਂ ਉਸ ਜੁੜਿਆ ਕੋਈ ਮਿਲਿਆ ਤੇ ਉਹ ਬਸ ਜੀਲ ਚ ਹੋ ਗਿਆ ਫਿਰ ਜਿਹੜੇ ਰਿਸ਼ਤੇਦਾਰਾਂ ਕੋਲ ਚੱਕੇ ਪੈਸੇ ਅੱਭੀ ਵੀ ਨਹੀਂ ਵਾਪਸ ਹੋਏ ਸਾਡੇ ਕੋਲ ਹੁਣ ਦੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀ ਹਾਂ ਵੀ ਇਹ ਵੇਖ ਲੋ ਹਾਲ ਮੋਰ ਮਾਰੇ ਹਾਲਾਤ ਨੇ ਘਰ ਦੇ ਉਹ ਤੇ ਕਰਪੂਲ ਥਲੀ ਦੇ ਕੇ ਆਏ ਹਨ ਹਾਂ ਹਾਂ ਜੀ ਇਹ ਤੋਂ ਨਾਲੇ ਵੀ ਬੱਚਾ ਅੰਦਰ ਹੀ ਆਖਾ ਲਗੇ ਪੈਸੇ ਸਾਰਿਆਂ ਦੇ ਚਾਰ ਹੋਰ ਨੇ ਤੇ ਪੰਜਵਾਂ ਸਾਡਾ ਕਾਕਾ ਹੀ ਤੇ ਪੰਜਾਂ ਦੇ ਪੈਸੇ ਗਾਂ ਜਾਣਗੇ ਤੇ ਫਿਰ ਬੱਚੇ ਪੰਜੇ ਬਾਹਰ ਆ ਜਾਣਗੇ ਇਹਦੇ ਸਾਲ ਹੋ ਗਿਆ ਪੈਸੇ ਪਾਉਣ ਫਗਣ ਚੇਤਰ ਦੀ ਪੈਸੇ ਪਾਏ ਹਾਂ ਤੇ ਅਜੇ ਤੋੜੀ ਨਹੀਂ ਬੱਚਾ ਆਇਆ ਸਸੀਗਲ ਟੀਵੀ ਐਨ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਤਸਵੀਰ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਅੱਜ ਭਾਰਤਪਾਗ ਦੇ ਨੇੜੇ ਲੱਗਦੇ ਪਿੰਡ ਖਾਨਵਾਲ ਦੇ ਵਿੱਚ ਮੌਜੂਦ ਹਾਂ ਔਰ ਤੁਹਾਨੂੰ ਦੱਸ ਦਈਏ ਕਿ ਇੱਥੋਂ ਦਾ ਇੱਕ ਨੌਜਵਾਨ ਜੋ ਘਰ ਦੇ ਆਰਥਿਕ ਹਾਲਾਤ ਸੁਧਾਰਨ ਦੇ ਲਈ ਵਿਦੇਸ਼ ਗਿਆ ਸੀ ਪਰ ਉੱਥੇ ਕਿਸੇ ਵਜ੍ਹਾ ਕਰਕੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਸੋ ਅਸੀਂ ਉਸ ਘਰ ਦੇ ਵਿੱਚ ਮੌਜੂਦ ਹਾਂ ਔਰ ਉਸ ਨੌਜਵਾਨ ਦਾ ਭਰਾ ਸਾਡੇ ਨਾਲ ਮੌਜੂਦ ਹੈ ਉਸ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਜਰ ਸਿੰਘ अच्छा मेजर सिंह जी विस्तार ਨਾਲ ਦੱਸੋ ਕਿ ਤੁਹਾਡਾ ਭਰਾ ਕਦੋਂ ਗਿਆ ਸੀ ਸਾਡਾ ਭਰਾ ਗਿਆ ਸੀ 2018 ਚ ਗਿਆ ਸੀ ਇਹ ਵਾਰ ਦੁਬਈ ਚ ਅੱਛਾ ਜੀ ਹਾਂ ਜਿਹੜੇ ਨੂੰ ਕਰੂੰ ਕੱਲਿਆ ਹੈ ਇਹਨੂੰ ਹੈ ਪਾਪਾਣਾ ਭਰਾਵਾਂ ਕੋਲੋਂ ਆਪਾਂ ਕਰਜ਼ਾ ਚੁੱਕ ਚੁੱਕ ਕੇ ਆਪਾਂ ਇਹਨੂੰ ਪੈਸੇ ਇਕੱਠੇ ਕਰਕੇ ਕੱਲ ਆਇਆ ਹੈਗਾ ਤੇ ਸੋਨਾ ਹੈਗਾ ਸੋਨਾ 3 ਟੰਬਾ ਹੀ ਹੋਬੀ ਆਪਾਂ ਪਾ ਕੇ ਸੁਨਿਆਰੇ ਨੂੰ ਪੈਸਾ ਹੀ ਕਰਜ਼ਾ ਉੱਥੋਂ ਪੈਸਾ ਕਢਵਾਇਆ 60000 ਰੁਪਏ ਕਢਵਾਇਆ ਹੈ ਤਿੰਨ ਟੁੰਬਾਂ ਦਾ ਓਹ ਲਿਆ ਕਿ ਇਹਦੇ ਕੁਝ ਆਪਾਂ ਦਰਸ਼ਕਾਂ ਨੂੰ ਵੀ ਦੱਸਦੀ ਹੈ ਕਿ ਜਿਹੜਾ ਟੁੰਬਾ ਇਹ ਵਰਡ ਸ਼ਬਦ ਵਰਤਦੇ ਨੇ ਇਹ ਗਹਿਣੇ ਨੂੰ 골ਡ ਨੂੰ ਜਿਹੜਾ ਕਹਿੰਦੇ ਨੇ ਜਿਸ ਤਰ੍ਹਾਂ ਉਹ 이어ਰਿੰਗਸ ਹੋਗੇ ਜਾਂ ਹੋਰ ਜਿਹੜਾ ਗਹਿਣਾ ਹੁੰਦਾ ਉਸਨੇ ਟੁੰਬਾ ਬੋਲਦੇ ਨੇ ਜੀ ਹਾਂਜੀ ਹਾਂਜੀ ਆ ਸੋਨੇ ਨੂੰ ਹਾਂਜੀ ਇਹਨੂੰ ਕਹਿੰਦਾ ਟੁੰਬਾ ਤੇ ਉਹ ਅਸੀਂ ਪਾ ਕੇ ਉੱਥੇ ਸੁਨਿਆਰੇ ਕੋਲ 60000 ਰੁਪਏ ਉਹ ਲਿਆ ਹੁੰਦਾ ਸੀ ਉੱਥੋਂ ਉਹਨਾਂ ਕੋਲੋਂ ਲਿਆ ਕੇ ਤੇ ਫਿਰ ਪਹਿਣਾ ਭਰਾਵਾਂ ਕੋਲ ਕਰਜ਼ਾ ਚੁੱਕ ਚੁੱਕਦੇ ਚੁੱਕ ਚੁੱਕ ਕੇ ਆਪਾਂ ਇਹਨੂੰ ਬਾਰਕ ਲਵਾਇਆ ਇਸ ਦਬਈ ਦੇ ਵਿੱਚ ਆਪਾਂ ਜਿੰਨਾ ਆਪਾਂ ਇਧਰੋਂ ਕਰਜ਼ਾ ਲਾ ਕੇ ਉਹਨੂੰ ਚੁੱਕ ਚਕਾਰਾ ਕਰਕੇ ਖਿਲਾਇਆ ਸੀ ਉਹਨੇ ਉਧਰੋਂ ਉਹਨੇ ਕਮਾਈ ਨਹੀਂ ਕਿ ਜਿੰਨੇ ਹੁਣ ਉਧਰੋਂ ਹੋਣਾ ਹੈ ਇਧਰੋਂ ਪਾ ਇੰਨੇ ਪੈਸੇ ਉਹਨਾਂ ਕਹਿੰਦੇ ਵੀ ਇਹਨਾਂ ਨੇ ਇਧਰੋਂ ਪੰਜਾਬ ਤੋਂ ਜਾਣਗੇ 12-12 ਲੱਖ ਰੁਪਈਆ ਤੇ ਫੇਰ ਘਰੇ ਘਰ ਨੂੰ ਆਉਣਗੇ ਜੇ ਨਾ 12-12 ਲੱਖ ਪਾਇਆ ਤੇ ਫੇਰ ਉਹਨਾਂ ਕਹਿਆ ਵੀ ਇਹ ਕੋਈ ਜੀ ਵੀ ਕਰ ਸਕਦੇ ਇਹਨਾਂ ਨੂੰ ਤੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਹਾਂਜੀ ਜੀ ਮੈਨੂੰ ਇਹ ਦੱਸੋ ਕਿ ਤੁਹਾਡੇ ਪੁਰਾਣਾ ਤੁਹਾਡੀ ਗੱਲਬਾਤ ਹੁੰਦੀ ਹੈ ਨਾ ਉਹਦੇ ਨਾਲ ਨਹੀਂ ਹੁਣ ਗੱਲ ਹੋਈ ਪੰਜਾਂ ਮਹੀਨਿਆਂ ਬਾਅਦ ਗੱਲ ਹੁੰਦੀ ਹੈ ਛੇ ਮਹੀਨਿਆਂ ਬਾਅਦ ਹਾਂਜੀ ਤਾਂ ਰੋਈ ਨਹੀਂ ਫੋਨ ਆਉਂਦਾ ਜਾਂ ਹਫ਼ਤੇ ਬਾਅਦ ਜਾਂ 15 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਜੇ ਉਹ ਵੀ ਪੰਜਾਂ ਮਹੀਨਾ ਸ਼ਾਮ ਨੂੰ ਬਰ ਫੋਨ ਆ ਗਿਆ ਫਿਰ ਸਾਲ ਸਾਲ ਫੋਨ ਆਉਂਦਾ ਹੀ ਨਹੀਂਗਾ ਹਾਂਜੀ ਅਖੀਰਲੀ ਵਾਰੀ ਕੀ ਗੱਲ ਹੋਈ ਆ ਤੇ ਕੀ ਦੱਸਿਆ ਉਹਨਾਂ ਨੇ ਕਿਉਂ ਕਰਕੇ ਜਿਹੜਾ ਉਹਨਾਂ ਨੂੰ ਫਾਂਸੀ ਦੀ ਸੁਜੈਸ਼ਨ ਆਈ ਗਈ ਹੈ ਉੱਥੇ ਇਹ ਬੰਦੇ ਗਰੁੱਪ ਦੇ ਗਰੁੱਪ ਹੀ ਅੰਦਰ ਰਹਿੰਦੇ ਹੈਗੇ ਇਕੱਠੇ ਮੁੰਡੇ ਹੈਗੇ ਹੈਗੇ 40-45 ਮੁੰਡੇ ਤਕਰੀਬਨ ਤਕਰੀਬਨ ਸਾਰਿਆਂ ਨੂੰ ਉਹਨੇ ਚੁੱਕ ਕੇ ਉਹਨੇ ਜੀਲ 'ਚ ਕਰ ਲਿਆ ਉਹਨੇ ਸਾਰਿਆਂ ਤੇ ਬਾਕੀ ਇਹ ਮੁੰਡੇ ਪੰਜ ਜਣੇ ਰਹਿ ਗਏ ਜੀਲ ਦੇ ਵਿੱਚ ਆ। ਅੱਛਾ ਬਾਕੀ ਛੱਡ ਤੇ ਆ। ਹਾਂਜੀ ਬਾਕੀ ਛੱਡ ਤੇ ਆ। ਇਹਨਾਂ ਨੂੰ ਪੰਜਾਂ ਨੂੰ ਉਹਨਾਂ ਨੇ ਸਜ਼ਾ ਕਰਤੀ ਉਹਨਾਂ ਨੂੰ ਇਹਨਾਂ ਨੂੰ। ਕਾਰਨ ਕੀ ਦੱਸਿਆ? ਕਾਰਨ ਇਹੋ ਦੱਸਿਆ ਵੀ ਕਹਿੰਦਾ ਸਾਨੂੰ ਤਾਂ ਪਤਾ ਮੈਨੂੰ ਝਗੜਾ ਕਿੱਥੇ ਹੋਇਆ ਕਿੱਥੇ ਬੰਦਾ ਕਿੱਥੇ ਲੜਿਆ ਕਿੱਥੇ ਕੁਲੇ ਆ ਨਾ ਸਾਨੂੰ ਤਾਂ ਪਤਾ ਨਹੀਂ ਆਦਾ ਆਪਾਂ ਤੇ ਆਰਾ ਆਪਣੇ ਰੂਮ ਦੇ ਵਿੱਚ ਹਾਂ ਤਾਂ ਸਾਨੂੰ ਤਾਂ ਨਜਾਇਜ਼ ਪੁਲਿਸ ਨੇ ਖੜਿਆ ਫੜ ਕੇ। ਹਾਂਜੀ ਤੇ ਦੱਸਿਆ ਕੀ ਪੁਲਿਸ ਨੇ ਜਰੂ ਉਹਨਾਂ ਨੂੰ ਫੜ ਕੇ ਖੜਿਆ ਕੀ ਦੱਸਿਆ ਕਿਉਂ ਤੁਹਾਨੂੰ ਫੜ ਕੇ ਲੈ ਜਾ ਰ ਇਓ ਉਹ ਨਾ ਇਹੋ ਮੁੰਡਾ ਇਹੋ ਸਾਡਾਂ ਦਾ ਵੀ ਜਿਹੜੂ ਫੋਨ ਆਉਂਦਾ ਨਾ ਚਰਾੰਬਾ ਆਉਂਦਾ ਸਾਨੂੰ ਤਾਂ ਪਤਾ ਵੀ ਨਹੀਂ ਆ ਰਿਹਾ ਕਿ ਕਿਹੜੀ ਗੱਲੋਂ ਆ ਰਹੀ ਤੇ ਨਿਰਦੋਸ਼ ਆ ਇਹ ਯਾਰ ਅਸੀਂ ਆਪਣੇ ਰੂਮ ਦੇ ਵਿੱਚ ਆਦਾ ਲੰਮੇ ਪੈਸਾ ਦਾ ਸਾਨੂੰ ਵੀ ਨਾਲ ਹੀ ਪੁਲਿਸ ਨੇ ਚੱਕ ਲਿਆ ਪੁਲਿਸ ਨੇ ਵਜਾ ਕੀ ਦਸੀ ਕਿ ਕਿਉਂ ਚੁੱਕਿਆ ਤੁਹਾਨੂੰ ਅਰੈਸਟ ਕਿਉਂ ਕੀਤਾ ਪੁਲਿਸ ਕੀ ਵਜਾ ਦੱਸਦੀ ਸੀ ਉਹਨਾਂ ਨੂੰ ਤੇ ਕੋਈ ਲੜਾਈ ਝਗੜਾ ਹੋਇਆ ਜਾਂ ਕੋਈ ਹੋਰ ਕੁਝ ਹਾਂ ਜੀ ਹਾਂ ਜੀ ਝਗੜੇ ਚ ਚੁੱਕਿਆ ਨੰਨਾਂ ਨੂੰ ਇਹ ਹੁਣ ਜਿਹੜਾ ਸਾਡਾ ਮੁੰਡਾ ਆ ਆਹਦਾ ਸਾਨੂੰ ਨੇ ਪਤਾ ਵੀ ਨਹੀਂ ਝਗੜਾ ਕਿੱਥੇ ਹੋਇਆ ਕਿੱਥੇ ਨਿਗਾ ਹੋਇਆ ਆਹਦਾ ਹਾਈ ਤੇ ਨਜਾਇਜ਼ ਹੀ ਆ ਹਾਂ ਜੀ ਤੇ ਹੁਣ ਜਿਸ ਤਰ੍ਹਾਂ ਦੂਸਰੇ ਜੋ ਕਿ ਜਿਹੜੇ ਪੰਜ ਵਾਲੇ ਨੇ ਪੰਜਾ ਜਿਹੜੇ ਉੱਥੇ ਨੌਜਵਾਨ ਨੇ ਉਹਨਾਂ ਨੂੰ 12-12 ਲੱਖ ਰੁਪਏ ਦੀ ਜਿਹੜੀ ਆ ਉਧਰ ਦੀ ਗਵਰਨਮੈਂਟ ਨੇ ਮੰਗ ਕੀਤੀ ਹੈ ਹਾਂ ਜੀ ਹਾਂ ਜੀ ਉਧਰ ਦੀ ਗਵਰਨਮੈਂਟ ਨੇ ਉਹਨਾਂ ਨੂੰ ਇਕੱਲੇ ਇਕੱਲੇ ਨੂੰ 2-2 ਲੱਖ 66-60 ਹਜ਼ਾਰ ਰੁਪਏ ਦਾ ਰਾਮ ਉਧਰ ਦਾ ਪਾਇਆ ਵਾ ਤੇ ਇਧਰ ਦਾ ਇਕੱਲੇ ਇਕੱਲੇ ਦਾ 12-12 ਲੱਖ ਬਹੰਦਾ ਪੰਜਾਬ ਦੇ ਜਦੋਂ ਫੋਨ ਆਇਆ ਉਹਨੇ ਕਹੇ ਜ 12-12 ਲੱਖ ਰੁਪਇਆ ਤੁਸੀਂ ਕਰ ਦੋ ਤੇ ਫਿਰ ਅਸੀਂ ਜ 12 ਲੱਖ ਰੁਪਇਆ ਕਰਕੇ ਜ ਇਧਰ ਤੁਸੀਂ ਭੇਜੋਗੇ ਫਿਰ ਅਸੀਂ ਬਰੀ ਹੋ ਜਣਾ ਵਾ ਤੇ ਡੈਡੀ ਮੇਰਾ ਅੱਜ ਵੀ ਚੰਗੇ ਭਲੇ ਸੀਗੇ ਜਦੋਂ 12 ਲੱਖ ਦਾ ਫੋਨ ਆਇਆ ਤਾਂ ਵੀ ਡੈਡੀ ਵੀ ਮੇਰਾ ਪੂਰਾ ਹੋ ਗਿਆ ਅੱਜ ਵੀ ਉਹਨੂੰ ਸਾਲ ਹੋਏ ਨੂੰ ਮੁੱਕੇ ਨੂੰ ਮਤਲਬ ਕਿ ਉਸ ਚੀਜ਼ ਦਾ ਗਾਮੀ ਨਹੀਂ ਉਹ ਸਹਿ ਸਕੇ ਹਨਾ ਕਿ 12 ਲੱਖ ਰੁਪਇਆ ਇਕੱਠਾ ਨਹੀਂ ਹੋ ਪਾਏਗਾ ਇਹ ਚੀਜ਼ ਦਾ ਜਿਹੜਾ ਉਹਨਾਂ ਨੂੰ ਗਮ ਲੱਗ ਗਿਆ ਹਾਂਜੀ ਹਾਂਜੀ ਉਹ ਗਮ ਲੱਗ ਗਿਆ ਉਹਨੇ ਇਹ ਸੋਚਿਆ ਡੈਡੀ ਨੇ ਜਿਹੜਾ ਅੱਗੇ ਕਰਜ਼ਾ ਸਾਨੂੰ ਪਹਿਲੋਂ ਚੜਿਆ ਹੈਗਾ ਇਹਨੂੰ ਬਾਅਦ ਪੇਜ ਜਾਏਗਾ ਤੇ ਉਹ ਲੱਥਾ ਨਹੀਂ ਤਾਂ 12 ਲੱਖ ਹੋਰ ਕਹਿਤਾ ਤੇ ਨਹੀਂ ਹੋਣਾ ਤਾਂ ਫਿਰ ਗਾਂ ਵੀ ਉਹਨੇ ਕਰ ਲਿਆ ਵੇ ਟੈਗ ਹੋ ਗਿਆ ਟੈਗ ਨਾ ਪੂਰਾ ਹੋ ਗਿਆ ਡੈਡੀ ਸਾਡਾ ਹਾਂਜੀ ਤਾਂ ਹੁਣ ਜੇਕਰ ਗੱਲ ਕੀਤੀ ਜਾਵੇ ਘਰ ਦੇ ਹਾਲਾਤ ਕਿਵੇਂ ਦੇ ਨੇ ਘਰ ਦੇ ਹਾਲਾਤ ਭਾਜੀ ਬਹੁਤ ਮਾੜੇ ਆ ਵੇਖ ਲਓ ਝੁੱਗੀ ਚ ਰਹ ਹੁੰਦੇ ਆ ਸ਼ਾਨ ਪਾ ਕੇ ਜਦੋਂ ਜਾਰੀ ਬਾਸੇ ਹੁੰਦੀ ਆ ਅੰਦਰ ਪਾਣੀ ਭਰ ਜਾਂਦੇ ਖਲੋ ਜਾਂਦੇ ਆ ਤੇ ਹੁਣ ਮੇਰੇ ਘਰ ਦਾਣੇ ਵੀ ਮੁੱਕੇ ਮੋਲ ਲੈ ਕੇ ਮੈਂ ਦਾਣੇ ਖਾਂਦਿਆਂ ਆਵਾ ਤੇ ਹੁਣ 12 ਲੱਖ ਕਹਿੰਦੇ ਤੇ 12 ਲੱਖ ਮੇਰ ਕੋ ਨਹੀਂ ਹੋਣਾ ਘਰ ਦੇ ਵਿੱਚੋਂ ਜ਼ਮੀਨ ਕਿੰਨੀ ਕੋ ਤੁਹਾਡੇ ਕੋਲ ਜ਼ਮੀਨ ਨਹੀਂ ਭਾਜੀ ਹੈਗੀ ਜ਼ਮੀਨ ਸਾਡੀ ਬਸ ਤਿੰਨਾਂ ਕੇ ਕਨਾਲ ਹੈ ਉਹ ਵੀ ਆਪਾਂ ਵੇਚਤੀ ਆ ਉਹਦੇ ਨਾਲ ਵਿੱਚ ਉਹ ਵੀ ਨਹੀਂ ਪੈਸਾ ਪੂਰਾ ਹੁੰਦਾ ਤੇ ਉਹ ਵੀ ਇਹ ਘਰ ਦੇ ਫਿਰ ਹਾਲਾਤ ਬਹੁਤ ਮਾੜੇ ਸੀ ਤੇ ਹਾਲਾਤ ਵੇਚਤੀ ਐਸੇ ਕਰਕੇ ਘਰੇ ਮੈਂ ਦਾਣੇ ਮੁੱਗੀ ਖਾਣ ਨੂੰ ਹਾਂਜੀ ਹੁਣ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਆ ਇਸ ਸਮੇ ਐਸਾ ਵੀ ਮੈਂ ਤੇ ਮੇਰੀ ਮੰਮੀ ਆ ਹਾਂਜੀ ਜਾਂ ਬੱਚੇ ਆ ਛੋਟੇ ਛੋਟੇ ਆ ਹਾਂਜੀ ਕੰਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੰਮ ਘਰੋਂ ਕੌਣ ਕਰਦਾ ਤੁਸੀਂ ਹੀ ਕੰਮ ਕਰਦੇ ਹੋ ਫਿਰ ਹਾਂਜੀ ਮੈਂ ਹੀ ਕੰਮ ਕਰਦੋ ਵੀ ਕਿਰੇ ਦਿਹਾੜੀ ਮਿਲਦੀ ਕਿਤੇ ਨਹੀਂ ਮਿਲਦੀ ਹੁਣ ਵੇਲੇ ਆ ਜਦੋਂ ਦਿਹਾੜੀ ਮਿਲਦੀ ਹੈ ਉਹ ਚਾਹੇ ਜੇ ਨਹੀਂ ਮਿਲਦੀ ਫਿਰ ਵੇਲੇ ਘਰੇ ਰਹੀਦਾ ਹਾਂ ਹਾਂਜੀ ਮਤਲਬ ਇਹ ਕਿ ਜਿਸ ਦਿਨ ਦਿਹਾੜੀ ਮਿਲ ਗਈ ਉਸ ਦਿਨ ਕੁਝ ਤੁਸੀਂ ਕੁਝ ਕਮਾ ਲੀ ਹੁੰਦੇ ਹੋ ਨਹੀਂ ਤਾਂ ਖਾਲੀ ਰਹਿ ਜਾਂਦੇ ਹੋ ਹਾਂਜੀ ਹਾਂਜੀ ਉਹ ਜਦੋਂ ਚਲਦੀ ਤਾਂ ਫਿਰ ਘਰੋਂ ਬਾਹਰ ਫੇ ਸ਼ਾਮ ਨੂੰ ਵਾਈਦਾ 350 ਰੁਪਇਆ ਕਈਕ 400 ਵੀ ਬਣ ਜਾਂਦਾ 350 ਰੁਪਇਆ ਬਣ ਜਾਂਦਾ ਹਾਂਜੀ ਅਚੰਭੇ 3-400 ਰੁਪਿਆ ਦੀ ੜੀ ਆ ਹਾਂਜੀ ਹਾਂਜੀ ਨਾ ਲਗਾਤਾਰ ਜਿਹੜਾ ਤੁਹਾਡਾ ਕੰਮ ਨਹੀਂ ਚੱਲਦਾ ਹਾਂਜੀ ਨਹੀਂ ਚੱਲਦਾ ਵੀ ਨਹੀਂ ਚੱਲਦਾ ਹਾਂਜੀ ਤੇ ਹੁਣ ਡੈਡੀ ਮੋਕ ਗਿਆ ਮੰਮੀ ਵੀ ਠੀਕ ਨਹੀਂ ਰਹਿੰਦੀ ਗਾਵਨਾ ਉਹਦਾ ਗਮ ਕਰਦੀ ਆ ਉਹਦਾ ਬੀਪੀ ਵਧਿਆ ਰਹਿੰਦਾ ਉਹਦਾ ਵੀ ਆ ਹਾਂਜੀ ਤਾਂ ਕੀ ਲੱਗਦਾ ਹੁਣ ਕੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 12 ਲੱਖ ਰੁਪਿਆ ਜਿਹੜਾ ਹੈਗਾ ਉਹ ਮੰਗਿਆ ਗਿਆ ਆ ਤਾਂ ਹੁਣ ਤੱਕ ਇਕੱਠੇ ਕਿੰਨੇ ਕੁ ਕੀਤੇ ਗਏ ਆ ਇਕੱਠਾ ਕੋਈ ਨਹੀਂ ਹੋਇਆ ਸਾਡੇ ਕੋਲੇ ਹਟਿਆ ਮਾਰਦੇ ਹਾਂ ਹਾਂਜੀ ਮੈਂ ਕੱਲਾ ਕੰਮ ਕਰਨ ਵਾਲਾ ਦਿਹਾੜੀ ਕਰਨ ਵਾਲਾ ਨਹੀਂ ਕੋਈ ਪੈਸਾ ਨਹੀਂ ਏਡੇ ਕੋਲ ਮੈਂ ਘਰ ਦਾ ਹੀ ਸਰਕਸਾ ਚੱਲਾਂਦਿਆਂ ਦਾ ਹਾਂਜੀ ਕਿਸੇ ਸਿਆਸੀ ਵੱਲੋਂ ਜਾਂ ਕਿਸੇ ਐਨਜੀਓ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਕੀਤੀ ਗਈ ਹੋਵੇ ਨਾ ਕਿਸੇ ਨੇ ਨਹੀਂ ਮਦਦ ਕੀਤੀ ਸਾਡੀ ਹਾਂਜੀ ਤੇ ਜਿਹੜਾ ਤੁਹਾਡਾ ਪ੍ਰਭਾਅ ਬਾਹਰ ਜਾਂਦਾ ਆ ਤਾਂ ਕੀ ਸੋਚੀ ਕਿ ਘਰ ਦੇ ਹਾਲਾਤ ਜਿਹੜੇ ਨੇ ਉਹ ਬਦਲ ਜਾਣਗੇ ਹਾਂਜੀ ਜਿਹੜੂ ਬਾਹਰ ਗਿਆ ਸੀ ਅਸੀਂ ਬੜੇ ਚਾਵਨ ਕਲਾਇਆ ਸੀ ਵੀ ਹਾਂ ਬਾਹਰ ਚੱਲਿਆ ਸਾਡਾ ਹੀ ਭਰਾ ਚੱਲਿਆ ਉੱਥੇ ਕਮਾਈ ਕਰੂਗਾ ਤੇ ਉਧਰ ਪੈਸੇ ਪਾਊਗਾ ਤੇ ਹਰ ਘਰ ਦੇ ਹਾਲਾਤ ਸਾਡੇ ਬਦਲ ਜਾਣਗੇ ਅਸੀਂ perties ਪਾ ਕੇ ਉੱਚੇ ਕਮਰੇ ਪਾਵਾਂਗੇ ਰੱਖ ਕੇ ਵਧੀਆ ਤੇ ਉਹ ਪਰ ਉੱਥੇ ਘਰੂ ਗਿਆ ਇਹਨੂੰ 5 ਸਾਲ ਹੋ ਗਏ ਤੇ 4 ਸਾਲ ਹੋ ਗਏ ਜੇਲ ਦੇ ਵਿੱਚ ਹੀ ਉੱਥੇ ਹਾਂਜੀ ਤਾਂ ਜਿਹੜੂ ਫਿਰ ਬਾਹਰ ਗਿਆ ਸੀ ਕੋਈ ਜਾ ਕੇ ਪੈਸਾ ਭੇਜਿਆ ਉਥੇ ਨਾ ਕੋਈ ਪੈਸਾ ਨਹੀਂ ਭੇਜਿਆ ਉਹਨਾਂ ਇੱਕ ਸਾਲ ਹੋ ਤੇ ਰਿਆ ਵੀ ਉਦੋਂ ਵੀ ਕੋਈ ਪੈਸਾ ਨਹੀਂ ਭੇਜਿਆ ਹਾਂ ਇੱਕ ਸਾਲ ਰਹਿਣਾ ਕੰਮ ਨਹੀਂ ਉਸ ਜੁੜਿਆ ਕੋਈ ਮਿਲਿਆ ਤੇ ਉਹ ਬਸ ਜੇਲ੍ਹ ਚ ਹੋ ਗਿਆ ਫਿਰ ਗਿਆ ਕਿਸ ਬੇਸ ਤੇ ਸੀ ਪਤਾ ਕੁਛ ਨਹੀਂ ਦੇ ਭਾਈ ਇੱਥੇ ਗਿਆ ਇਹ ਨਹੀਂ ਨਹੀਂ ਮਤਲਬ ਕੀ ਕਰਨ ਲਈ ਗਿਆ ਸੀ ਕਿ ਜਿਸ ਤਰ੍ਹਾਂ ਦੁਨੀਆਂ ਨੇ ਇਧਰ ਉਹ ਕੰਮ ਕਰਨ ਜਾਂਦੇ ਵਰਕ ਪਰਮਿਟ ਆਪਾਂ ਨੂੰ ਬੋਲਦੇ ਆ ਕੰਮ ਕਰਨ ਗਿਆ ਸੀ ਉੱਥੇ ਹਾਂਜੀ ਕੰਮ ਕਰਨ ਹੀ ਗਿਆ ਸੀ ਉੱਥੇ ਜਾਂਦੇ ਕੰਮ ਨਹੀਂ ਮਿਲਿਆ ਕੰਮ ਨਹੀਂ ਮਿਲਿਆ ਉਹਨਾਂ ਨੂੰ ਜਦੋਂ ਗਿਆ ਸੀ ਬਾਹਰ ਕਿੰਨੇ ਪੈਸੇ ਲੱਗੇ ਸੀ ਰੋ ਉਦੋਂ ਸਾਡਾ 1.5 ਲੱਖ ਰੁਪਏ ਲੱਗਾ ਹੈਗਾ ਅੱਛਾ ਹਾਂਜੀ ਕੋਈ ਪਰ ਨਾ ਪਰਾਂ ਵਾਰੀ ਚ ਇਹਦਾ ਮਦਦ ਕੀਤੀ ਚੱਲੋ ਕੋਈ ਨਹੀਂ ਤੁਹਾਡੇ ਉਹਨਾਂ ਤਾਂ ਮਦਦ ਕੀਤੀ ਸੀ ਚੱਲੋ ਉਹਨੂੰ ਕਲਾ ਦਿੰਨੇ ਆ ਤੁਹਾਡਾ ਬਹੁਤ ਹਾਲ ਮਾੜਾ ਕਰਦਾ ਕੋਈ ਬਦਲ ਜੂਗਾ ਪਰ ਉਹ ਉੱਥੇ ਉਹ ਫਿਰ ਜੇਲ੍ਹ ਚ ਹੋ ਗਏ ਫਿਰ ਡੇਢ ਲੱਖ ਰੁਪਏ ਲਾ ਕੇ ਭੇਜਿਆ ਜਾ ਬਾਹਰ ਉਹਨਾਂ ਨੂੰ ਤਾਂ ਉਹ ਜਿਹੜਾ ਫਿਰ ਡੇਢ ਲੱਖ ਰੁਪਏ ਤੁਸੀਂ ਲਗਾ ਕੇ ਭੇਜਿਆ ਜਿਹੜਾ ਰਿਸ਼ਤੇਦਾਰਾ ਕੋਈ ਪੈਸੇ ਲਏ ਸੀ ਉਹ ਫਿਰ ਵਾਪਸ ਕਰਤੇ ਉਹਨਾਂ ਦੇ ਨਾ ਉਹਨਾਂ ਦੇ ਮਨੀ ਹੋਏ ਉਹਨੇ ਸੋਚਿਆ ਕਿ ਉਹ ਦੂਰ ਮੈਂ ਕੰਮ ਕਰਕੇ ਪਾਵਾਂਗਾ ਪੈਸੇ ਪਹਿਲੂ ਰਿਸ਼ਤੇਦਾਰਾਂ ਦੇ ਵਾਪਸ ਕਰਾਂਗੇ ਫਿਰ ਘਰ-ਬਾਰ ਬਣਾਵਾਂਗੇ ਤੇ ਫਿਰ ਉਹ ਵੀ ਜਿਹੜੇ ਰਿਸ਼ਤੇਦਾਰਾਂ ਕੋਲ ਚੱਕੇ ਪੈਸੇ ਉਹ ਵੀ ਨਹੀਂ ਵਾਪਸ ਹੋਏ ਸਾਡੇ ਕੋਲ ਉਤੋਂ ਫਿਰ ਉਧਰੋਂ ਫੋਨ ਆਇਆ ਸ਼ਾਮੀਨਾਂ ਬਾਰੇ ਜਿਲਦ ਦੇ ਵਿੱਚੋਂ ਫੋਨ ਆਇਆ ਵੀ 12-12 ਲੱਖ ਰੁਪਏ ਤੁਹਾਨੂੰ ਕਰਨਾ ਪੈਣਾ ਤੇ ਜਿਹੜਾ ਏਜੰਸੀ ਤੁਸੀਂ ਉਹਨੂੰ ਕਿਹਾ ਨਹੀਂ ਕਿ ਤੁਸੀਂ ਇੱਥੇ ਕੰਮ ਕਰਨ ਲਈ ਭੇਜਿਆ ਦਾ ਇੱਕ ਸਾਲ ਹੋ ਗਿਆ ਉਹਨੂੰ ਕੰਮ ਹੀ ਨਹੀਂ ਮਿਲ ਰਿਹਾ ਉੱਥੇ ਏਜੰਟ ਨੂੰ ਕਿਹਾ ਹੈਗਾ ਅਸੀਂ ਬਹੁਤ ਵਾਰੀ ਗਿਆ ਘਰੇ ਵੀ ਜਾਂਦੇ ਰਹੇ ਆ ਉਹਨੇ ਕੋਈ ਨਿਆਣ ਨਹੀਂ ਦਿੱਤਾ ਉਹਨੇ ਘਰ ਮਿਲਦਾ ਨਹੀਂ ਰਿਹਾ ਉਹ ਘਰੋਂ ਬਾਹਰ ਨਹੀਂ ਖਲ ਜਾਂਦਾ ਰਿਹਾ ਵਾ ਹਾਂਜੀ ਉਹਨੇ ਕੋਈ ਮਦਦ ਨਹੀਂ ਕੀਤੀ ਕੋਈ ਸਾਥ ਨਹੀਂ ਦਿੱਤਾ ਏਜੰਟ ਨੇ ਉਹਨੇ ਮਤਲਬ ਏਜੰਟ ਵੱਲੋਂ ਵੀ ਫਿਰ ਕਹਿ ਸਕਦੇ ਕਿ ਧੋਖਾ ਕੀਤਾ ਗਿਆ ਤੁਹਾਡੇ ਨਾਲ ਹਾਂਜੀ ਹਾਂਜੀ ਧੋਖਾ ਹੀ ਹੋ ਗਿਆ 4 ਸਾਲ ਹੋ ਗਏ ਜੇਲ੍ਹ ਦੇ ਵਿੱਚ ਏਜੰਟ ਨੇ ਧੋਖਾ ਕੀਤਾ ਤੁਹਾਡੇ ਨਾਲ ਹਾਂਜੀ ਹੁਣ ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਐਨਆਰਆਈ ਤੁਹਾਨੂੰ ਦੇਖ ਰਹੇ ਨੇ ਜਿਹੜੇ एनजीओ ਚਲਾਉਂਦੇ ਨੇ ਜਿਹੜੀ ਤੁਹਾਡੀ ਮਦਦ ਕਰ ਸਕਣ ਸਾਡੀ ਇਹ ਪੀ ਲਿਆ ਜਿੱਦਾਂ 12-12 ਲੱਖ ਕਹਿੰਦੇ ਜੇ ਕੋਈ ਆ ਨਾ ਆਰ ਆਈ ਵੀਰਪਰਾ ਆ ਜਾਂ ਕੋਈ ਵੀ ਇਦਾਨੀ ਸੱਜਣ ਤੁਹਾਡੀ ਮਦਦ ਕੀਤੀ ਜਾਵੇ ਤੇ ਸਾਡਾ ਮੁੰਡਾ ਜਿਹੜਾ ਛੋਟਾ ਮੇਰਾ ਪ੍ਰਾਕਾਰ ਆ ਆਵੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 9915437466 ਦੁਬਾਰਾ ਬੋਲਦੇ 9915437466 ਸੋ ਸਾਡੇ ਨਾਲ ਉਸ ਨੌਜਵਾਨ ਦੇ ਮਾਤਾ ਜੀ ਵੀ ਮੌਜੂਦ ਆ ਗੱਲਬਾਤ ਕਰਦੇ ਆ ਹਾਂਜੀ ਮਾਤਾ ਕੀ ਨਾਮ ਤੁਹਾਡਾ ਰਾਣੀ ਮਾਤਾ ਜੀ ਜਿਸ ਤਰ੍ਹਾਂ ਵੀਰ ਨਾਲ ਗੱਲਬਾਤ ਕੀਤੀ ਆ ਬੜੀ ਦੁਖ ਭਰੀ ਕਹਾਣੀ ਆ ਤੁਹਾਡੇ ਘਰ ਦੀ ਹਾਂਜੀ ਹਾਂਜੀ ਬਹੁਤ ਜ਼ਿਆਦੀ ਤਾਂ ਹੁਣ ਦੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਨੇ ਹਾਂ ਵੀ ਆ ਵੇਖ ਲੋ ਹਾਲ ਮੇਰੇ ਹਾਲ ਨੇ ਘਰ ਦੇ 11 ਦੇ ਬੱਚਾ ਮਿਹਨਤ ਕਰਨੀ ਮਜ਼ਦੂਰੀ ਅੱਗੇ ਹੈਗੇ ਆ ਕਰਨ ਵਾਲੇ ਵਿਚਾਰ ਬਾਹਰੋਂ ਪੈਸੇ ਚਾ ਰਵਣਗੇ ਕੰਮ ਕਰਨਗੇ ਤਾਂ ਥਾਂ ਤੋਂ ਬਣਾਵਾਂਗੇ ਚੰਗਾ ਤੇ ਬੱਚਾ ਬਾਹਰ ਗਿਆ 4 ਸਾਲ ਹੋ ਗਏ ਅੰਦਰ ਹੋਏ ਤੇ 5 ਸਾਲ ਹੋ ਗਏ ਘਰੋਂ ਗਏ ਨੂੰ ਤੇ ਕੰਮ ਉੱਥੇ ਵੀ ਨਹੀਂ ਚੱਲਿਆ ਲੌਕਡਾਊਨ ਲਗਾ ਰਿਹਾ 2 ਮਹੀਨੇ ਕੰਮ ਚੱਲਿਆ ਨਾ ਹੋਇਆ ਵਰਗ ਉਹਨਾਂ ਦੇ ਖਰਚੇ ਹੀ ਮਹਾਂ ਬਣਿਆ ਕੰਮ ਵੀ ਨਹੀਂ ਚੱਲਿਆ ਤੇ ਮੜ ਕੇ ਲੌਕਡਾਊਨ ਲਗਾ ਰਿਹਾ ਹੋਰ ਤਾਂ ਅਸੀਂ ਆਦ ਰੇ ਬੱਚੇ ਨੂੰ ਵੀ ਆ ਜਾ ਤੇ ਆਦ ਰੇ ਕੰਮ ਕਰਨ ਗਏ ਚਲ ਮੈਂ 2-4 ਸਾਲ ਲਾ ਕੇ ਆਵਾਂਗਾ ਤੇ ਚਲਕਾਰ ਦੇ ਹਾਲ ਚੰਗੇ ਹੋ ਜਾਣਗੇ ਤੇ ਕੰਮ ਕਰਨ ਗਿਆ ਤੇ ਇੱਥੇ ਆਂਦਾ ਮੈਨੂੰ ਝਗੜੇ ਦਾ ਪਤਾ ਨਹੀਂ ਝਗੜਿਆ ਤੇ ਝਗੜੇ ਝਗੜੇ ਜਿਵੇਂ ਪੰਜਾਂ ਜਣਿਆਂ ਨੂੰ ਅੰਦਰਕਾਰ ਦਾ ਹਾਇਤ ਬੱਚੇ ਜਾ ਰਹੇ ਹਨ ਸਾਰਿਆਂ ਨੂੰ ਉਹ ਅੰਦਰਕਾਰ ਦਾ ਵਿੱਚ ਜੀ ਚਾੜ ਵੀ ਦਿੱਤੇ ਤੇ ਪੰਜਾਂ ਦੇ ਹੁਣ ਆਂਦੇ ਵੀ ਤਾਂ ਦੇ ਸਜਾ ਹੁਣ ਪੂਰੀ ਹੋਏਗੀ ਫੇਰ ਸਾਡੇ ਨਾਲ ਤੁਹਾਨੂੰ ਇਹ ਨਾ ਹੁਣ ਪਤਾ ਨਹੀਂ ਵੀ ਕਿਹੜੇ ਕੰਮ ਸੇ ਕਿਹੜੇ ਜੀ ਨਹੀਂ ਸਾਨੂੰ ਤੇ ਗਾਲ ਵੀ ਨਹੀਂ ਨਾ ਵੀ ਰੌਂਦੀ ਸਾਨੂੰ ਤੇ ਇਸੇ ਤਰ੍ਹਾਂ ਜਦ ਗਾਲ ਆ ਜਾਂਦੀ ਕਿਤੇ ਨਹੀਂ ਗਵਾਨਾ ਤੇ ਅੱਗੇ ਮੋਕੇ ਆ ਹਾਂਜੀ ਜਿਸ ਤਰ੍ਹਾਂ ਵੀਰ ਨੇ ਦੱਸਿਆ ਕਿ ਗਮ ਦੇ ਨਾਲ ਹੀ ਜਿਹੜੇ ਨੇ ਤੁਹਾਡੇ ਪਤੀ ਉਹ ਵੀ ਗੁਜ਼ਰ ਗਏ ਜੀ ਹਾਂਜੀ ਸਾਲ ਹੋ ਗਿਆ ਉਹਨੇ ਮੁਕੇ ਨੂੰ ਡੈਡੀ ਉਹਨਾਂ ਦੇ ਵੱਡਾ ਇੱਕ ਕਾਕਾ ਹੀ ਉਹਦੇ ਤਿੰਨ ਬੱਚੇ ਹਨ ਉਹ ਉਹ ਵੀ ਮੌਤ ਉਹ ਵੀ ਹੋ ਗਈ ਤੇ ਜਿਹੜੇ ਛੋਟੇ ਬੱਚੇ ਨੂੰ ਬਾਹਰ ਸਾਲ ਉਹਦੇ ਮਗਰੋਂ ਘੱਲਿਆ ਵੱਡੇ ਤੋਂ ਕਿ ਵਿਚਾਰ ਕੰਮਕੁਮ ਚੰਗਾ ਚੱਲਿਆ ਗੱਲ ਥਾਂ ਤੋਂ ਬਾਣ ਜਾਣਗੇ ਥਾਂ ਵੀ ਰਹਿ ਗਏ ਤੇ ਕੰਮ ਵੀ ਨਾ ਚੱਲਿਆ ਉਹਦੇ ਮਗਰ ਉਹਦੇ ਡੈਡੀ ਦੀ ਵੀ ਮੌਤ ਹੋ ਗਈ ਹਾਂਜੀ ਮਾਤਾ ਜੀ ਜੇਕਰ ਘਰ ਦੇ ਹਾਲਾਤ ਠੀਕ ਹੁੰਦੇ ਹਾਂਜੀ ਤਾਂ ਬੇਟੇ ਨੂੰ ਬਾਹਰ ਨਹੀਂ ਸੀ ਭੇਜਣਾ ਨਹੀਂ ਫੇਰ ਨਹੀਂ ਹੈ ਨਾ ਭੇਜਣਾ ਗਿਆ ਤੇ ਤੁਸੀਂ ਚਾਹੀ ਚੰਬਰੀ ਵਿਚਾਰ ਜੋ ਵੀ ਕਰਦੇ ਹਾਲ ਸਹੀ ਹੋ ਜਾਣਗੇ ਤੇ ਅਸੀਂ ਦੇਰ ਕੱਲ ਨੂੰ ਚਾਉਂਦੀ ਨਹੀਂ ਹਾਂ ਨਹੀਂ ਮਾਰਾ ਜਾਣੇ ਜਾਣਾ ਹੈਗਾ ਚਲ ਜਾਵਾਂਗੇ ਚਲ ਘਰ ਦਾ ਮਾਹੌਲ ਕਿਤੇ ਬਦਲ ਜਾਣਗੇ ਇਹਨਾਂ ਪਤਾ ਹੀ ਨਹੀਂ ਬਗਾ ਬਥੇ ਗਿਆ ਕੋਈ ਮਾਰਾ ਸਾਨੂੰ ਪਤਾ ਹੀ ਨਹੀਂ ਝਗੜਾ ਹੋਇਆ ਜਾਂ ਤੇਰਾ ਝਗੜਾ ਝਗੜਾ ਮਾਰਾ ਝਗੜੇ ਦਾ ਵੀ ਨਹੀਂ ਪੜਾ ਕਿਥੇ ਹੋਇਆ ਕਿਥੇ ਨਹੀਂ ਰਚਾ ਕੋਸ਼ਾ ਕਿਸ ਜੋ ਕੇ ਉਹਨਾਂ ਅੰਦਰ ਘਰ ਤੇ ਹਾਂਜੀ ਤਾਂ ਮਤ ਜੀ ਜਿਸ ਤਰ੍ਹਾਂ ਵੀਰ ਨੇ ਦੱਸਿਆ ਹੈ ਕਿ ਹੁਣ ਘਰ ਦੇ ਵਿੱਚ ਵੀਰ ਹੀ ਕਮਾਉਣ ਵਾਲਾ ਹਾਂਜੀ ਹਾਂਜੀ ਤਾਂ ਕਿਸੇ ਸਮੇਂ ਫਿਰ ਇਸ ਤਰ੍ਹਾਂ ਵੀ ਹੁੰਦਾ ਜਿਸ ਤਰ੍ਹਾਂ ਵੀਰ ਦੱਸ ਰਿਹਾ ਸੀ ਕਿ ਘਰ ਦੇ ਵਿੱਚ ਦਾਣੇ ਵੀ ਨਹੀਂ ਹੈਗੇ ਆਟਾ ਮੁੱਲ ਲਿਆ ਕੇ ਬਿਜਾਰੋ ਜਿਹੜਾ ਮੈਂ ਰੋਟੀ ਕੰਨਾ ਹਾਂਜੀ ਹਾਂਜੀ ਦਾਣੇ ਮੁੱਲ ਲਿਆ ਕੇ ਫਿਰ ਬੱਚੇ ਵੱਡੇ ਦੇ ਵਿੱਚ ਇਹਨਾਂ ਬੱਚੇ ਨੇ ਕਾਕੇ ਦੇ ਉਹਦੇ ਵੀ ਤੇ ਨਾਲੇ ਉਹਦੀ ਵੀ ਮਗਰ ਹੋ ਗਈ ਤੇ ਹੁਣ ਬੱਚੇ ਉਹਦੇ ਵੀ ਪਾਲਣੇ ਹੋਏ ਅੰਡਾ ਮੇਰੀ ਵੀ ਦਵਾਈ ਚੱਲਦੀ ਰਹਿੰਦੀ ਹੈ ਨਾ ਵੀ ਠੀਕ ਨਹੀਂ ਰਹਿੰਦੀ ਫਿਰ ਭਾਪੇ ਦੇ ਨੂੰ ਵੀ ਮਗਰ ਹੋ ਗਈ ਉਹਦੀ ਮਗਰ ਹੂੰ ਇਹਨਾਂ 12-12 ਲੱਖ ਨਾ ਮੰਗਿਆ ਤਾਂ ਨਹੀਂ ਨਾ 12 ਲੱਖ ਕਿਥੋਂ ਕਰਾਂਗੇ ਅੱਗੇ ਚੱਕ ਕਰ ਚੱਕ ਚਾ ਕੇ ਪੈਣਾ ਪਰਾ ਉਹਨੂੰ ਪਾੜ ਕੇ ਅੱਗੇ ਬਾਹਰ ਕੱਲਿਆ ਕਾ ਕੇ ਉਹਥੇ ਵੀ ਨਾ ਕੰਮ ਚਾ ਲਿਆ ਹਾਂਜੀ ਮਾਤਾ ਜੀ ਜਿਸ ਤਰ੍ਹਾਂ ਮੈਂ ਦੇਖ ਪਾ ਰਿਹਾ ਕਿ ਪਿੱਛੇ ਉਹ ਤੁਸੀਂ ਇਹ ਛੋਟੀ ਜਿਹੀ ਝੁੱਗੀ ਬਣਾਈ ਹੋਈ ਹੈ ਫਿਰ ਇਹਦੇ ਚ ਰਹਿਣਾ ਪੈਂਦਾ ਹਾਂਜੀ ਇੱਥੇ ਵਿੱਚ ਹੀ ਹੋਈਦਾ ਕਿ ਬੱਚੇ ਵੀ ਨਾਲ ਹੀ ਅੰਦਰ ਸਾਡੇ ਵੇਖੋ ਮੈਂ ਪਾਣੀ ਦਾ ਪਾਰ ਜਾਂਦਾ ਹੈ ਨਾ ਜਦ ਮੈਂ ਜਿਸ ਤਰ੍ਹਾਂ ਦੇ ਕਮਰੇ ਤੇ ਤੁਹਾਡੇ ਜਿਹੜੇ ਦੋ ਹੈਗੇ ਨੇ ਮੈਨੂੰ ਲੱਗਦਾ ਵੀ ਜ਼ਮੀਨ ਤੋਂ ਘੱਟੋ ਘੱਟ ਕੋਈ 4 ਫੁੱਟ ਹੇਠਾਂ ਨੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਨੀਵੇਂ ਮਿੱਟੀ ਪਾ ਪਾ ਕੇ ਨੀਵੇਂ ਕਰਤੇ ਨੇ ਅੰਦਰ ਇਦੋਂ ਨੀਵੇਂ ਨੇ ਮਿੱਟੀ ਪਾ ਪਾ ਕੇ ਬਹੁਤ ਮਾੜਿਆ ਹਾਲ ਨੇ ਜਦ ਕਮਰੇ ਪਾਉਂ ਉਦੋਂ ਉੱਚੇ ਹਨ ਬਾਅਦ ਚ ਮਿੱਟੀ ਪਾ ਪਾ ਕੇ ਨੀਵੇਂ ਹੋ ਗਏ ਨੇ ਹਾਂਜੀ ਤਾਂ ਮਾਤਾ ਜੀ ਜਿਹੜੋ ਬਾਹਰ ਭੇਜਿਆ ਸੀ ਤਾਂ ਉਹ ਮਾਂ ਦੇ ਵਿੱਚ ਖੁਸ਼ੀ ਸੀ ਕਿ ਪੁੱਤ ਬਾਹਰ ਜਾਊਗਾ ਘਰ ਦੇ ਹਾਲਾਤ ਬਦਲਣਗੇ ਹਾਂ ਜੀ ਹਾਂ ਜੀ ਹੋ ਜਾਣੇ ਬਚਲ ਗਿਆ ਬੱਚਾ ਤੇ ਕਮਾਖ ਲਿਆਊਗਾ ਤਾਂ ਤੁ ਬਣਾਵਾਂਗਾ ਚੰਗਾ ਬਣੇਗਾ ਤੇ ਮਗਰ ਉਹ ਪਾਪੇ ਦੇ ਵੀ ਫਿਰ ਗਾਵਨਾ ਵੀ ਨਾ ਪਾਇਆ ਕਿਥੋਂ ਕਰਾਂਗੇ ਕਿ ਬਾੜਪੁਰ ਕੇ ਪੈਣਾ ਪਰਮ ਆਦੋ ਟੁੰਬਾ ਗੁੱਡੀਆਂ ਦੀ ਹੱਟੀ ਪਾ ਕੇ ਪਾਇਆ ਕਰਕੇ ਫਿਰ ਬਾਹਰ ਕਰ ਲਿਆ ਬੱਚੇ ਨੂੰ ਤੇ ਬਾਹਰ ਵੀ ਨਾ ਕੰਮ ਵਿਚ ਆ ਲਿਆ ਫਿਰ ਉਹ ਜੋ ਤਾਂ ਜਾਰਾ ਸੀ ਤਾਂ ਘਾਤ ਹੁੰਦਾ ਗਿਆ ਇਹ ਕੰਮ ਕੁ ਚੱਲਿਆ ਨੀ ਤੇ ਪੈਹਾ ਇਨਾ ਕਿੱਥੋਂ ल्याਗੇ 12 ਲੱਖ ਕਰਕੇ ਹਾਂਜੀ ਤੇ ਆ ਗਾਵਨਾਂ ਜਦੀ ਵੀ ਮਗਰ ਤਖੋਗੀ ਸਾਲ ਹੋ ਗਏ ਮੁਕੇ ਨੂੰ ਕੋਣੀ ਕੋ ਕਾਕਾ ਕੰਮ ਕਰਨ ਵਾਲਾ ਹੈ ਗਾ ਜਦੋਂ ਮੈਂ ਆਪ ਠੀਕ ਨਹੀਂ ਰਹੀਦੀ ਨਾ ਹਾਂਜੀ ਗਾਵਨ ਵਾਲੀ ਇਹ ਨਾ ਪੈਹਾ ਕਿੱਥੋਂ ਕਰਾਂਗੇ ਹੁਣ ਫੇਰ ਹੋਰ 12 12 ਲੱਖ ਮੰਗਾਂਦੇ ਨਾ ਦੇ ਹੁਣ ਕੀ ਕਰ ਸਕਦੇ ਆ ਪੈਹਾ ਅੱਗੇ ਚੱਕ ਚੱਕ ਕੇ ਇਹ ਪਹਿਲੀ 2-3 ਕਨਾਲ ਉਹ ਵੀ ਅਸੀਂ ਵੇਚ ਕੇ ਤੇ ਫੇਰ ਪੈਸਾ 12 ਲੱਖ ਆਨੇ ਤੇ 8 8 ਕਰਕੇ ਫੇਰ ਪਾ ਕੇ ਘੱਲਿਆ ਮਗਰ ਉਹ ਵੀ ਨਹੀਂ ਪੈਸਾ ਗਾ ਪੜਿਆ ਜੀ ਹਾਂਜੀ ਅੱਛਾ ਮਾਤਾ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਿਹੜਾ 8 ਲੱਖ ਰੁਪਈਆ ਆ ਉਹ ਕਿਹਨੂੰ ਭੇਜਿਆ ਸੀ ਉਹ ਉੱਥੇ ਕਰਪੂਲ ਥੜੇ ਦੇ ਕੇ ਆਏ ਹਨ ਹਾਂ ਹਾਂ ਜੀ ਇੱਕ ਉਹਨਾਂ ਦੇ ਵੀ ਬੱਚਾ ਅੰਦਰ ਹੀ ਆਖਣ ਲੱਗੇ ਵੀ ਪੈਸੇ ਸਾਰਿਆਂ ਦੇ ਚਾਰ ਹੋਰ ਨੇ ਤੇ ਪੰਜਵਾਂ ਸਾਡਾ ਕਾਕਾ ਹੀ ਤੇ ਪੰਜਾਂ ਦੇ ਪੈਸੇ ਗਾਂ ਜਾਣਗੇ ਤੇ ਫਿਰ ਬੱਚੇ ਪੰਜੇ ਹੀ ਬਾਹਰ ਆ ਜਾਣਗੇ ਇਹ ਸਾਲ ਹੋ ਗਿਆ ਪੈਸਾ ਪਾਇਨ ਫਗਣ ਚੇਤਰ ਜੀ ਪੈਸੇ ਪਾਏ ਹਾਂ ਤੇ ਅਜੇ ਤੋੜੀ ਨਹੀਂ ਬਚਾ ਆਇਆ ਨਾ ਪੈਸਾ ਹੀ ਗਾਂ ਪੜਿਆ ਹੁਣ ਇਹ ਨਹੀਂ ਪੜਾ ਹੁਣ ਅੱਛਾ ਕੀ ਜਿਹੜਾ 8 ਲੱਖ ਰੁਪਇਆ ਆ ਉਹ ਫਿਰ ਤੁਸੀਂ ਕਿਸ ਤਰ੍ਹਾਂ ਇਕੱਠਾ ਕੀਤਾ ਉਹ ਗਿਰਾਈ ਕਰਕੇ ਪਿੰਡਾਂ ਪਰ ਵਾਲੇ ਬੜਾ ਸਾਥ ਦਿੱਤਾ ਹੀ ਵਾ ਗਿਰਾਈ ਕਰਕੇ ਪਿੰਡਾਂ 10-10 ਹਰੀਰੀ ਪੈਸੇ ਇਕੱਠੇ ਕਰ ਕਰਕੇ ਗਿਰਾਈ ਕਰਕੇ ਪਿੰਡਾਂ ਚ ਤੇ ਫਿਰ ਕੋਈ 40 ਹੀ ਦੋ ਤਿੰਨ ਕਨਾਲ ਉਹ ਵੀ ਵੇਚੀ ਤੀ ਇਹ ਚਲ ਬੱਚੇ ਨੂੰ ਘਰ ਆਉਣਾ ਚਾਹੀਦਾ ਬੱਚਾ ਘਰ ਆ ਜਾਏ ਸਾਡਾ ਕਿਸੇ ਤਰ੍ਹਾਂ ਅਜੇ ਤੁਹਾਡੀ ਨਹੀਂ ਮਸਲਾ ਹਾਲ ਕੋਈ ਹੋਇਆ ਅੱਛਾ ਤੁਸੀਂ ਜਿਹੜਾ ਫਿਰ 8 ਲੱਖ ਰੁਪਏ ਇਕੱਠਾ ਕੀਤਾ ਤੇ ਕਪੂਰ ਥੱਲੇ ਜਿੰਨੂੰ ਦਿੱਤਾ ਉਹ ਕੌਣ ਸੀ ਉਹਦਾ ਹੁਣ ਨਾਂ ਤਾਂ ਨਹੀਂ ਮੈਨੂੰ ਪਤਾ ਹੁਣ ਤਾਂ ਨਹੀਂ ਵੈਸੇ ਕਿਸ ਤਰ੍ਹਾਂ ਜਾਣਦੇ ਸੀ ਤੁਸੀਂ ਇਹਨੂੰ ਉਈ ਇਤਰਾ ਹੀ ਫੋਨ ਚ ਸਾਡਾ ਕਾਕਾ ਦਾਸ ਦਾ ਰਿਆ ਜਿਹੜਾ ਬਾਹਰ ਇਸ ਤਰ੍ਹਾਂ ਕੋਈ ਅੰਦਰ ਮੋਬਾਈਲ ਤੇ ਵੀਰ ਭਰਾ ਗਾਂਜ ਗਾਂਗ ਮੋਬਾਈਲ ਤੇ ਹੀ ਗੱਲ ਹੁੰਦੀ ਰਹੀ ਪੰਜੀ ਚੋਮੀ ਨਹੀਂ ਕਿਤੇ ਪੰਜੀ ਛੀਮੀ ਨਹੀਂ ਸਾਡੇ ਕਾਕੇ ਦੀ ਗੱਲ ਹੁੰਦੀ ਰਹੀ ਜਿਹੜੇ ਗਾਂ ਤਰਸਨ ਵਾਲੀ ਚੋਂ ਗਾਂਜ ਗਾਂ ਮੋਬਾਈਲ ਤੇ ਗੱਲ ਕਰਉਂਦੇ ਰਹੇ ਨੇ ਉਹ ਵੀ ਲੰਬਰਕਾਰ ਦਾ ਵੀਰ ਦਾ ਉਹਨੇ ਜਾ ਰਹੀ ਉਹਨੇ ਫਿਰ ਦੱਸਿਆ ਵੀ ਆਹ ਮੇਰੇ ਵੀਰ ਦਾ ਲੰਬਰ ਫੋਨ ਨੰਬਰ ਉਹਨੇ ਦੱਸਿਆ ਡਰੈਸਟ ਫਿਰ ਉਹ ਫੋਨ ਚ ਗੱਲ ਵੀਰ ਨਾਲ ਫਿਰ ਗਾਂਜ ਗਾਂ ਸਾਡੇ ਕਾਕੇ ਦੀ ਗੱਲ ਹੁੰਦੀ ਰਹੀ ਉਹਨੇ ਆਖਿਆ ਵੀ ਉਥੇ ਕਪੂਰ ਥੱਲੇ ਦਾ ਵੀਰ ਦਾ ਨਾਮ ਲੈ ਕੇ ਉਹਦੇ ਘਰ ਪੈਸੇ ਤੁਸੀਂ ਭੇਜ ਦਿਓ ਕਾਲ ਦਿਓ ਫਿਰ ਵੀਰ ਭਰਾ ਇਥੋਂ ਗਏ ਨੇ ਨਾਲ 5 6 ਜੀ ਗਏ ਨੇ ਨਾਲ ਪੈਸੇ ਦੇ ਕੇ ਆਏ ਨੇ ਪੈਸਾ ਜੀ ਨਹੀਂ ਆਪੜਿਆ ਅੱਛਾ ਤੁਹਾਡੇ ਕਹਿੰਦਾ ਮਤਲਬ ਹੈ ਕਿ ਜਿਹੜਾ 8 ਲੱਖ ਰੁਪਏ ਤੁਸੀਂ ਕਪੂਰ ਥੱਲੇ ਭੇਜਿਆ ਜਿਸ ਵੀ ਵਿਅਕਤੀ ਨੂੰ ਉਥੇ ਦਿੱਤਾ ਉਹ 8 ਲੱਖ ਰੁਪਏ ਜਿਹੜਾ ਦੁਬਈ ਨਹੀਂ ਪਹੁੰਚਿਆ ਜਿਹੜੀ ਕਿ 12 ਲੱਖ ਰੁਪਏ ਦੀ ਜਿਹੜੀ ਮੰਗ ਕੀਤੀ ਗਈ ਸੀ ਕਿੰਨੀ ਹੈ हां जी हां जी 12 लाख ਨਾ ਕਿ ਇਹ ਨਹੀਂ ਮਨੇ ਜਿਹੜਾ ਤੁਸੀਂ 8 ਲੱਖ ਭੇਜਿਆ ਉਹ ਵੀ ਦੁਬਈ ਨਹੀਂ ਪਹੁੰਚਿਆ ਉਹ ਵੀ ਨਹੀਂ ਕਿ ਦੁਬਈ ਚ ਜੇ ਪਹੁੰਚਿਆ ਹਾਂ ਦਰਸ਼ਕਾਂ ਨੂੰ ਥੋੜਾ ਵਿਸਥਾਰ ਨਾਲ ਦੱਸ ਦਈਏ ਕਿ 12 ਲੱਖ ਰੁਪਏ ਦੀ ਜਿਹੜੀ ਆ ਉਹ ਦੁਬਈ ਦੀ ਗਵਰਨਮੈਂਟ ਵੱਲੋਂ ਵਿਅਕਤੀ ਕੋਲੋਂ ਕਿਸੇ ਦਾ ਮਰਡਰ ਹੋ ਜਾਂਦਾ ਕਤਲ ਹੋ ਜਾਂਦਾ ਤਾਂ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਲੜਕੇ ਨੇ ਕਿਹਾ ਕਿ ਤੁਸੀਂ ਜਿਹੜਾ 8 ਲੱਖ ਰੁਪਇਆ ਉਹ ਕਪੂਰ ਥੱਲੇ ਜਿਸ ਨੌਜਵਾਨ ਨਾਲ ਉਹਦੀ ਗੱਲ ਹੁੰਦੀ ਸੀ 8 ਲੱਖ ਰੁਪਇਆ ਉਹਨਾਂ ਨੂੰ ਦੇ ਦਿਓ ਕਪੂਰ ਥੱਲੇ ਜਾ ਕੇ ਪਰ ਇਹਨਾਂ ਦੇ ਕਹਿਣ ਮੁਤਾਬਿਕ ਉਹ ਜਿਹੜਾ 8 ਲੱਖ ਰੁਪਇਆ ਇਹਨਾਂ ਨੇ ਕਪੂਰ ਥੱਲੇ ਜਾ ਕੇ ਦਿੱਤਾ ਉਹ ਵੀ 8 ਲੱਖ ਰੁਪਇਆ ਜਿਹੜਾ ਹੈਗਾ ਉਹ ਦੁਬਈ ਨਹੀਂ ਪਹੁੰਚਿਆ ਤਾਂ ਹੁਣ ਮੌਜੂਦਾ ਸਥਿਤੀ ਕੀ ਹੈ ਹੁਣ ਅਸੀਂ ਸਾਡਾ ਬੱਚਾ ਘਰ ਆਉਣਾ ਚਾਹੀਦਾ ਵੀਰਾਂ ਭਰਾਵਾਂ ਦੀ ਹੁਣੇ ਦੱਸੋ ਕਿ ਉਹਨਾਂ ਨੂੰ ਤੁਹਾਨੂੰ 12 ਲੱਖ ਰੁਪਇਆ ਦੁਬਾਰਾ ਵੇਚਣਾ ਪਏਗਾ ਹੁਣ ਅਸੀਂ ਇਹਨਾਂ ਦੇ ਕਰ ਨਹੀਂ ਸਕਦੇ ਨਾ ਪੈਸਾ ਕਿੱਥੋਂ ਆਉਣਾ ਨਾ ਹੋਣਾ ਹੀ ਸਾਡਾ ਤਾਂ ਅੱਗੇ ਵੇਖ ਲੋ ਘਰ ਦਾ ਹਾਲ ਰੋਟੀ ਵੀ ਨਹੀਂ ਸਰਦੀ ਪਾਕਦੀ ਦਾਣੇ ਲਾ ਕੇ ਮੁੰਡਾ ਕਾਕਾ ਲਿਆ ਕੇ ਪਕਾ ਕੇ ਦੇਈ ਦੇ ਮੋਰਾ ਆਟਾ ਹੁੰਦਾ ਦਾਣੇ ਆਉਂਦੇ ਤਾਂ ਹੀ ਕਿਥੋਂ ਲੈਣਾ ਹੁਕ ਹੋਣਾ ਹਰ ਜੋ ਹੋਣਾ ਹੀ ਨਹੀਂਗਾ ਵੀਰਾਂ ਭਰਾਵਾਂ ਗੇ ਬੇਨਤੀ ਸੀ ਸਾਡਾ ਬੱਚਾ ਘਰ ਆਉਣਾ ਚਾਹੀਦਾ ਹਾਂਜੀ ਸੋ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਦੁਬਈ ਦੇ ਵਿੱਚ ਜਿਹੜੀ ਆ ਉਹ ਬਲੱਡ ਮਨੀ ਲੈ ਕੇ ਤਾਂ ਜੇਕਰ ਕਿਸੇ ਕੋ ਮਰਡਰ ਹੁੰਦਾ ਤਾਂ ਉਸ ਵਿਅਕਤੀ ਨੂੰ ਜਿਹੜਾ ਹੈਗਾ ਉਹ ਰਿਹਾ ਕਰ ਦਿੱਤਾ ਜਾਂਦਾ ਆ ਪਰ ਜਿਵੇਂ ਇਹਨਾਂ ਦੱਸਿਆ ਕਿ ਜਿਹੜਾ ਕਪੂਰ ਥੱਲੇ ਦੇ ਵਿੱਚ ਇਹਨਾਂ ਦੇ ਲੜਕੇ ਨੇ ਕਿਹਾ ਕਿ ਤੁਸੀਂ ਜਾ ਕੇ ਉਥੇ 8 ਲੱਖ ਰੁਪਇਆ ਦੇ ਆਓ ਪਰ ਜੋ 8 ਲੱਖ ਰੁਪਇਆ ਕਪੂਰ ਥੱਲੇ ਦਿੱਤਾ ਗਿਆ ਉਹ 8 ਲੱਖ ਰੁਪਇਆ ਦੁਬਈ ਨਹੀਂ ਪਹੁੰਚਿਆ ਗਿਆ ਪਰ ਹੁਣ ਮੌਜੂਦਾ ਸਥਿਤੀ ਇਹ ਆ ਕਿ 12 ਲੱਖ ਰੁਪਇਆ ਦੁਬਾਰਾ ਤੋਂ ਦੁਬਈ ਗਵਰਨਮੈਂਟ ਵੱਲੋਂ ਜਿਹੜਾ ਆ ਉਹ ਮੰਗਿਆ ਜਾ ਰਿਹਾ ਹੈ ਕਿਉਂਕਿ ਜਿਹੜਾ 8 ਲੱਖ ਰੁਪਇਆ ਇਹਨਾਂ ਵੱਲੋਂ ਇਕੱਠਿਆ ਕਰਕੇ ਭੇਜਿਆ ਵੀ ਗਿਆ ਹੈ ਉਹ 8 ਲੱਖ ਰੁਪਇਆ ਜਿਹੜਾ ਉਹ ਦੁਬਈ ਨਹੀਂ ਪਹੁੰਚਿਆ ਸੋ ਇਹਨਾਂ ਨਾਲ ਮਹਾਰਾਜ ਜੀ ਨਾਲ ਹੋਰ ਵੀ ਗੱਲਬਾਤ ਕਰਦੇ ਹਾਂ ਜੀ ਮਾਤਾ ਜੀ ਫਿਰ ਹੁਣ 12 ਲੱਖ ਰੁਪਏ ਜਿਸ ਤਰ੍ਹਾਂ ਉਹ ਮੰਗ ਰਹੇ ਨੇ ਹਾਂਜੀ ਤਾਂ ਫਿਰ ਉਹ 12 ਲੱਖ ਰੁਪਏ ਜਿਹੜਾ ਆ ਉਹ ਹੁਣ ਕੀ ਲੱਗਦਾ ਇਕੱਠਾ ਹੋ ਪਾਏਗਾ ਨਹੀਂ 12 ਲੱਖ ਹੋਣਾ ਹੀ ਨਹੀਂਗਾ 12 ਲੱਖ ਹੁਣ ਹੱਥੋਂ ਕਿੱਥੋਂ ਹੋਣਾ ਸਾਡੇ ਤਾਂ ਵੇਖੋ ਘਰ ਦੇ ਹਾਲ ਵੀ ਮੌਤ ਬਿਮਾਰਿਆ ਹਾਂਜੀ 12 ਲੱਖ ਹਨ ਕਿ ਕਿਹੜਾ ਕਿਥੋਂ ਘੜੀ ਮੂਰੀ ਹੁੰਦੇ ਨੇ ਕਿਹੜਾ ਭੈਣ ਭਰਾ ਵੇਲਾ ਜਿਹੜਾ ਸਾਡੇ ਨਾਲ ਤੁਰਿਆ ਆ ਰਿਹਾ ਸਾਰੇ ਕਰਕੇ ਖਾਣ ਵਾਲੇ ਸਾਡੇ ਨਾਲ ਕਿੰਨੇ ਹੁੰਦੇ ਨਾਲ ਸਾਥ ਦੇਣ ਅੱਗੇ ਤੇ ਉਹਨਾਂ ਦਾ ਪਿਓ ਮੁੱਕ ਗਿਆ ਤੇ ਪਾਪਾ ਉਹਨਾਂ ਦਾ ਡੈਡੀ ਤੇ ਫੇਰ ਭੈਣਾ ਭਰਾਵਾਂ ਸਾਥ ਦੇ ਆਈ ਤਾਂ ਤੇ ਅਗੇ ਕਰਕੇ 8 ਲੱਖ ਤੇ ਫੇਰ ਦਿੱਤਾ ਕੋਈ ਪੈਲੀ ਦੋ ਤਿੰਨ ਕਨਾਲ ਉਹ ਵੀ ਪਾਈ ਤੀ ਜਿਹੜੀ ਹੈਗੀ ਹਾਂ ਜੀ ਉਹ ਵੀ ਲਈ ਕੇ ਤੇ ਪੈਸੇ ਪੂਹੇ ਕਰਕੇ ਵੀ ਚਲ ਬੱਚਾ ਘਰ ਆਉਣਾ ਚਾਹੀਦਾ ਹੈ ਤੇ ਜੇ ਕੋਈ ਮਸਲਾ ਹਾਲ ਨਹੀਂ ਹੋਇਆ ਤਾਂ ਹੁਣ ਵੀਰਾ ਭਰਾਵਾਂ ਅੱਗੇ ਬੇਨਤੀ ਹੂ ਸਾਡਾ ਬੱਚਾ ਘਰ ਆਉਣਾ ਚਾਹੀਦਾ ਹੈ ਹਾਂ ਜੀ ਮਾਤਾ ਜੀ ਹੁਣ ਫੇਰ ਜਿਸ ਤਰ੍ਹਾਂ ਪਹਿਲਾਂ ਦਾ 8 ਲੱਖ ਇਕੱਠਾ ਹੋ ਗਿਆ ਤਾਂ ਫੇਰ ਹਿੰਮਤ ਵੀ ਨਹੀਂ ਪੈਂਦੀ ਕਿਸੇ ਕੋਲ ਮੰਗਣ ਦੀ ਹਾਂਜੀ ਹੁਣ ਦੁਬਾਰਾ ਹਣ ਕਿਹੜੇ ਮੂੰਹ ਨਹੀਂ ਕਈ ਪਹਿਣਾ ਪਰਾਵਾਨਾ ਅੱਗੇ ਖਰੇ ਕਿਤਰਾ ਸਾਹ ਦਿੱਤਾ ਕਿਤਰਾ ਤੋਰ ਕੇ ਸਾਰੇ ਪਹਿਣਾ ਪਰਾਵਾਨੇ ਕਿੰਨਾ ਜੋ ਗਰਾਹੀ ਕਾਰ ਕਰਕੇ ਤੇ ਪੈਸਾ ਕੀਤਾ ਤੇ ਹੁਣ ਘੜੀ ਮੂਰੀ ਕਿਹੜਾ ਵੇਲਾ ਸਾਡੇ ਨਾ ਤੁਰਿਆ ਆ ਰਿਹਾ ਤੇ ਹੁਣ ਇਹ ਤੇ ਪਹਿਣਾ ਪਰਾਵ ਅੱਗੇ ਬੇਨਤੀ ਹੋਈ ਏ ਹੁਣ ਆਨੇ ਆਪੇ ਬਹਾਡਾ ਬੱਚਾ ਵੀਰਾ ਭਰਾਵਾਂ ਕੇ ਬੇਤੀਜ ਮਸਲਾ ਹਾਡਾ ਹੋ ਜਾਏ ਬੱਚਾ ਘਰ ਆ ਜਾਏ ਤੇ ਬੜੀ ਧੰਨਵਾਦ ਬਣਾ ਜੀ ਹਾਂਜੀ ਤਾਂ ਮਾਤਾ ਜੀ ਅ ਜੇਕਰ 12 ਲੱਖ ਰੁਪਇਆ ਨਹੀਂ ਇਕੱਠਾ ਹੁੰਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਤਾਂ ਤੁਸੀਂ ਕਿਹਾ ਕਿ 12 ਲੱਖ ਰੁਪਇਆ ਹੁਣ ਹਾਲਾਤ ਨਹੀਂ ਹੈਗੇ ਕਿ ਦੁਬਾਰਾ ਮੰਗਿਆ ਜਾਵੇ ਜਾ ਕੇ ਕਿਉਂਕਿ 8 ਲੱਖ ਰੁਪਇਆ ਤਾਂ ਪਹਿਲਾਂ ਲੋਕਾਂ ਦੇ ਸਹਿਯੋਗ ਨਾਲ ਇਕੱਠਾ ਕੀਤਾ ਗਿਆ ਹੈ ਤਾਂ ਹੁਣ ਜੇਕਰ 12 ਲੱਖ ਰੁਪਇਆ ਨਹੀਂ ਇਕੱਠਾ ਹੁੰਦਾ ਤਾਂ ਫਿਰ ਉਹ ਲਾਸਟ ਦੇ ਜਿਹੜੀ ਉਹਨਾਂ ਵੱਲੋਂ ਦੁਬਈ ਗਵਰਨਮੈਂਟ ਵੱਲੋਂ ਜਿਹੜਾ ਉੱਧਰ ਜੋ ਉਹਨਾਂ ਦਾ ਲੋ ਕਾਨੂੰਨ ਕਹਿੰਦਾ ਜੋ ਉਹਨਾਂ ਦਾ ਤਾਂ ਫਿਰ ਉਹ ਸਜ਼ਾ ਉਹਨੂੰ ਮਿਲ ਜੇਗੀ ਫਿਰ ਹਾਂਜੀ ਸਜ਼ਾ ਕਿ ਉਹਨਾਂ ਸਨਾਈਤੀ ਹੈ ਕਿ 25 ਸਾਲ ਪੰਜੀ ਤੋਂ ਹੁਣ ਅਹੀ ਆਣੇ ਸਾਡਾ ਬੱਚਾ ਆ ਜਾ ਰਿਹਾ ਨਹੀਂ ਤਾਂ ਉਹਦੀ ਜਨਾਹ ਸੁਣਾਈ ਸੁਣਾਈ ਤੀ ਮੇਰੇ ਤੇ ਬੱਚੇ ਹੁਣ ਦੋ ਹੀ ਹਨ ਮੇਰੇ ਕੋਲ ਇੱਕ ਜੱਗੇ ਮੌਤ ਹੋ ਗਈ ਤੇ ਹੁਣ ਤੁਮੇ ਆ ਕਹੇ ਜੋ ਗਿਨੀ ਮਣੀ ਮੇਰਾ ਬੱਚਾ ਘਰ ਆ ਜਾਏ ਕਦ ਮੇਰੀ ਮਣੀ ਆਦਵਾ ਜੇ ਨਹੀਂ ਤਾਂ ਮੈਂ ਤਾਂ ਕੇ ਹਣ ਕਾਹੇ ਜੋਗੀ ਨਹੀਂ ਰਹਿਗੀ ਡੈਡੀ ਇਹਨਾਂ ਦਾ ਵੀ ਮੋਕ ਗਿਆ ਬੱਚਾ ਅੱਗੇ ਇੱਕ ਵੱਡਾ ਮੋਕ ਗਿਆ ਇੱਕ ਉੱਥੇ ਅੱਗੇ ਦੁਬਈ ਚ ਕੰਮ ਕਰਨ ਗਿਆ ਉੱਥੇ ਫਸ ਗਿਆ ਉਥੇ 4 ਸਾਲ ਹੋ ਗਏ ਅੰਦਰ ਹੋਏ ਨੇ ਤੇ ਮੇਰੇ ਮੇਰੀ ਮਰੀ ਅੱਜ ਹੁਣ ਮੇਰੀ ਮੇਰੀ ਕਾਦੀ ਰਹਿ ਗਈ ਹਾਂਜੀ ਗੁੱਡੀਆਂ ਦੀ ਟੁੰਬਾ ਫਾੜ ਕੇ ਪੈਸਾ ਇਕੱਠਾ ਕਰਕੇ ਤੇ ਟੁੰਬਾ ਪਾ ਕੇ ਤੇ ਬੱਚੇ ਮਗਰ ਵਿਚਾਰ ਪੈਸਾ ਇਕੱਠਾ ਕਰਕੇ ਤੇ ਬੱਚਾ ਘਰ ਆ ਜਾਏਗਾ ਉਹ ਵੀ ਨਹੀਂ ਕੋਈ ਮਸਲਾ ਹੱਲ ਜੇ ਹੋਇਆ ਹਾਂਜੀ ਮਾਤਾ ਜੀ ਫਿਰ ਜਿਹੜੋ ਬਾਰਿਸ਼ ਹੁੰਦੀ ਆ ਜਿਆਦੀ ਗਰਮੀ ਜਿਆਦੀ ਸਰਦੀ ਹੁੰਦੀ ਤੇ ਫਿਰ ਕਿੰਨਾ ਕੁ ਮੁਸ਼ਕਿਲ ਹੁੰਦਾ ਤੇ ਰਹਿਣਾ ਬਹੁਤ ਮੁਸ਼ਕਿਲ ਬਹੁਤ ਜਿਆਦਾ ਰਾਤ ਬਹਿ ਕੇ ਕੱਢੀ ਦੀ ਝੁੱਗੀ ਤੇ ਇਹ ਵੀ ਚੌਂ ਲਾ ਪੈਂਦੀ ਜੇ ਅੰਦਰ ਤੇ ਅੰਦਰ ਪਾਣੀ ਤਾਂ ਪਾਰ ਜਾਂਦੇ ਨੇ ਤੇ ਬਾਹਰ ਪਾਣੀ ਛਾਟੀ ਦਾ ਬਾਲਟੀਆਂ ਨਾਲ ਬਾਹਰ ਫਿਰ ਇੱਧਰ ਬਾਹਰ ਡੋਲੀ ਦਾ ਅੰਦਰ ਪਾਣੀ ਪਾਰ ਜਾਂਦੇ ਕੱਪੜੇ ਨੱਪੇ ਜਾਂਦੇ ਜੋ ਸਮਾਨ ਸਾਰਾ ਡੁੱਬ ਜਾਂਦਾ ਬਹੁਤ ਮਾੜਾ ਹਾਲ ਹੈ ਮਾਤਾ ਜੀ ਜਿੰਨੇ ਫਿਰ ਜੀ ਆ ਉਹ ਸਾਰੇ ਜੀਏ ਦੇ ਝੁੱਗੀ ਚੜ ਜਾਂਦੇ ਜੀ ਦੇ ਝੁੱਗੀ ਜੇ ਇੱਥੇ ਅੰਦਰ ਹੀ ਰਹੀਦਾ ਨਾ ਫਿਰ ਹਾਂਜੀ ਬਹੁਤ ਮਾੜਾ ਹਾਲ ਹੈ ਹਾਂ ਸੋ ਇਹ ਸੰਸਾੜੇ ਨਾਲ ਉਸ ਨੌਜਵਾਨ ਦੇ ਮਾਤਾ ਜੀ ਜਿਨ੍ਹਾਂ ਦੱਸਿਆ ਕਿ ਇਹਨਾਂ ਵੱਲੋਂ 8 ਲੱਖ ਰੁਪਇਆ ਲੋਕਾਂ ਦੇ ਸਹਿਯੋਗ ਨਾਲ ਕੁਝ ਇਹਨਾਂ ਵੱਲੋਂ ਆਪਣੀ ਜ਼ਮੀਨ ਵੇਚ ਕੇ ਇਕੱਠਾ ਕੀਤਾ ਗਿਆ ਸੀ ਪਰ ਉਹ 8 ਲੱਖ ਰੁਪਇਆ ਜਿਸ ਵਿਅਕਤੀ ਨੂੰ ਦਿੱਤਾ ਗਿਆ ਉਸ ਵਿਅਕਤੀ ਵੱਲੋਂ ਦੁਬਈ ਨਹੀਂ ਪਹੁੰਚਾਇਆ ਗਿਆ ਸੋ ਇਹਨਾਂ ਦਾ ਜੋ ਬੇਟਾ ਹੈ ਉਸ ਨੂੰ ਦੁਬਈ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਸੋ ਜੇਕਰ ਦੁਬਈ ਦੇ ਕਾਨੂੰਨ ਮੁਤਾਬਿਕ 12 ਲੱਖ ਰੁਪਇਆ ਉੱਥੇ ਜੋ ਬਲੱਡ ਮਨੀ ਦੇ ਰੂਪ ਦੇ ਵਿੱਚ ਉੱਥੇ ਜਮਾ ਕਰਵਾਇਆ ਜਾਂਦਾ ਹੈ ਤਾਂ ਫਿਰ ਇਹਨਾਂ ਦਾ ਬੇਟਾ ਉੱਥੇ ਰਿਹਾ ਹੋ ਸਕਦਾ ਹੈ ਸੋ ਇਹਨਾਂ ਦੁਆਰਾ ਆਪਣਾ ਮੋਬਾਈਲ ਨੰਬਰ ਵੀ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਜੇਕਰ ਤੁਸੀਂ ਇਹਨਾਂ ਦੀ ਮਤ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਮੋਬਾਈਲ ਨੰਬਰ ਦੇ ਉੱਤੇ ਇਹਨਾਂ ਨਾਲ ਸੰਪਰਕ ਸਾਧ ਸਕਦੇ ਹੋ ਪਿੰਡ ਖਾਨਵਾਲ ਤੋਂ ਪ੍ਰਦੀਪ ਅਰੋੜਾ